ਜਸਪ੍ਰੀਤ, ਆਪਾਂ ਸਤੰਬਰ ਦੇ ਲਈ 2012 ਦੇ ਲਈ ਆਪਾਂ ਇੱਥੇ ਲੈਕਚਰ ਵੀ ਦੇ ਵਿੱਚ ਪੜ੍ਹਨਾ ਸ਼ੁਰੂ ਆਏ ਹਾਂ ਕਿ ਆਪਣੇ ਹੁਣ ਇੱਕ ਸਮੈਸਟਰ ਤੁਸੀਂ ਉੱਥੇ ਲਾਇਆ ਆਪਣੇ ਟੋਰਾਂਟੋ ਦੇ ਵਿੱਚ। ਹਾਂਜੀ, ਮੈਂ ਐਕਚੁਅਲੀ ਬਿਜ਼ਨਸ ਦੇ ਵਿੱਚ ਕੀ ਕੀਤਾ? ਹਾਂਜੀ, ਮੈਂ ਐਕਚੁਅਲੀ ਜਨਵਰੀ ਵਿੱਚ ਆਇਆ ਸੀਗਾ। ਪਹਿਲਾਂ ਮੈਂ ਫਿਰ ਉੱਥੋਂ ਕਾਲਜ ਛੱਡ ਕੇ ਫਿਰ ਦੂਸਰਾ ਕੀਤਾ ਅਤੇ ਫਿਰ ਆਪਣਾ ਮੈਂ ਇੱਥੇ ਆਇਆ। ਮੈਂ ਬਿਜ਼ਨਸ ਦੇ ਵਿੱਚ ਕੋਰਸ ਕਰਕੇ ਇੱਕ ਸਮੈਸਟਰ ਲਗਾ ਕੇ ਆਇਆ। ਤੇ ਪਹਿਲਾਂ ਤੁਸੀਂ ਮੈਨੂੰ ਮਈ ਦੇ ਵਿੱਚ ਵੀ ਬਹੁਤ ਜ਼ੋਰ ਲਗਾਇਆ ਕਿ ਆ ਜਾ, ਪਰ ਮੈਂ ਉਸ ਟਾਈਮ ਨਹੀਂ ਸੁਣੀ ਕਿ ਮੇਰੀ ਗਲਤੀ ਸੀ ਕਿ ਮੈਂ ਨਹੀਂ ਯਕੀਨ ਕੀਤਾ। ਮੈਂ ਆਪਣਾ ਦੂਸਰੇ ਬੰਦੇ ਯਕੀਨ ਕਰਦਾ ਰਿਹਾ, ਪਰ ਹੁਣ ਮੈਂ ਬਾਹਰੋਂ ਪਤਾ ਕੀਤਾ, ਤੁਹਾਡੇ ਤੋਂ ਵੀ ਪਤਾ ਕੀਤਾ, ਤੁਸੀਂ ਵੀ ਸਾਰਾ ਮੈਨੂੰ ਦਿਖਾਇਆ ਤੇ ਮੈਨੂੰ ਸਾਰਾ ਕੁਝ ਸਹੀ ਲੱਗਿਆ, ਤਾਂ ਹੀ ਮੈਂ ਚੂਜ਼ ਕੀਤਾ ਇੱਦਾਂ। ਜਦੋਂ ਆਉਣਾ ਸੀਗਾ ਤੇ ਤੁਸੀਂ ਆਪਣੇ ਇੱਥੇ ਜਿਹੜੇ ਕਿਊਬਿਕ ਟੀਮਿੰਗ ਡਿਸ਼ਨ ਵਾਲੇ CSQ ਜਿਹਨੇ ਦੇਣੀ ਆ, ਉਹਨਾਂ ਨੇ ਜਦੋਂ ਵੀ ਕੋਰਸ ਦੀ ਡਿਟੇਲ ਜਾਂ ਹੋਰ ਪੁਆਇੰਟ ਬੇਸ ਤੇ ਜਿਹੜਾ ਸਾਰਾ ਪਤਾ ਕੀਤਾ, ਕਾਲ ਕਰਕੇ ਸਾਰਾ ਕੁਝ ਪਤਾ ਕੀਤਾ ਸੀਗਾ, ਤਾਂ ਹੀ ਮੈਂ ਯਕੀਨ ਕੀਤਾ। ਕਿਉਂਕਿ ਆਪਾਂ ਹਰ ਇੱਕ ਬੰਦੇ ਤੇ ਯਕੀਨ ਤਾਂ ਕਰ ਨਹੀਂ ਸਕਦੇ, ਕਿਉਂਕਿ ਆਪਾਂ ਨੂੰ ਸਿਰਫ ਪੁਆਇੰਟ ਚਾਹੀਦੇ ਕਿ ਜੇ ਬੰਦਾ ਪ੍ਰੂਫ ਕਰ ਸਕਦਾ ਤਾਂ ਹੀ ਆਪਾਂ ਯਕੀਨ ਕਰ ਸਕਦੇ ਹਾਂ। ਮੈਂ ਉਹਨਾਂ ਨੂੰ ਵੀ ਕਾਲ ਕੀਤੀ ਕਿ ਉਹ ਕਹਿ ਰਹੇ ਸੀ ਕਿ ਸਾਰਾ ਕੁਝ ਸਹੀ ਹੈ, ਬਿਲਕੁਲ ਜਿੱਦਾਂ ਤੁਸੀਂ ਦੱਸਿਆ ਮੈਨੂੰ ਸਾਰਾ ਕੁਝ, ਉਦਾਂ ਹੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਤੇ ਇੱਦਾਂ ਹੀ ਮੈਂ ਫਿਰ ਮੈਂ ਆਪਣਾ ਡਿਸੀਜਨ। ਹੁਣ ਆਪਾਂ ਨੂੰ ਇੱਥੇ ਆਇਆ ਨੂੰ ਕਿੰਨੇ ਕੁ ਦਿਨ ਹੋ ਗਏ ਆ? ਮੈਂ ਐਕਚੁਅਲੀ  22 ਸਤੰਬਰ ਨੂੰ ਆਇਆ ਸੀਗਾ ਇੱਥੇ। 22 ਨੂੰ ਤੇ ਅੱਜ ਆਪਣੀ 5-6 ਤਰੀਕ ਹੋ ਗਈ। ਹਾਂਜੀ, 6 ਤਰੀਕ ਆਪਾਂ ਨੂੰ 12 ਦਿਨ ਹੋ ਗਏ। ਕੋਈ ਦਿੱਕਤ ਕੋਈ ਆਈ ਨਹੀਂ? ਅਜੇ ਤੱਕ ਤਾਂ ਕੋਈ ਦਿੱਕਤ ਆਈ ਨਹੀਂ ਹੈਗੀ, ਸਾਰਾ ਕੁਝ ਵਧੀਆ ਚੱਲੀ ਜਾ ਰਿਹਾ ਤੇ ਕਾਲਜ ਵੀ ਵਧੀਆ, ਸਟੱਡੀ ਈਜ਼ੀ ਹੈ, ਕੋਈ ਜ਼ਿਆਦਾ ਟਫ ਤਾਂ ਹੈ ਨਹੀਂ। ਆਪਾਂ ਜੇ ਜਦੋਂ ਤੁਸੀਂ ਇੱਕ ਸਮੈਸਟਰ ਲਾ ਕੇ ਵੀ ਆਏ ਹਾਂ ਉੱਥੇ, ਆਪਾਂ ਕੰਪੇਅਰ ਕਰੀਏ ਕਿ ਹਾਂ ਵੀ ਕਿ ਜਿਹੜਾ ਨਿਆਣਾ ਕਈ ਹੁਣ ਹੋਰ ਇੰਸਟੀਟਿਊਟਸ ਦੇ ਵਿੱਚ ਪਾਸ ਨਹੀਂ ਹੋ ਸਕਦੇ, ਜਿਹੜਾ ਹੁਣ ਇਹ ਵੋਕੇਸ਼ਨਲ ਟ੍ਰੇਨਿੰਗ ਜਿਹੜੀ CIC ਨੇ ਵੀ ਆਪਣੀ ਲਿਸਟ ਦੇ ਉੱਥੇ ਵਰਕ ਵੂਮਨ ਲਿਸਟ ਵਿੱਚ ਚੰਗਾ ਵਧੀਆ ਨੋਟ ਪਾਇਆ ਹੋਇਆ ਵੋਕੇਸ਼ਨਲ ਟ੍ਰੇਨਿੰਗ ਦਾ, ਆਪਾਂ ਜੇ ਸਟੱਡੀ ਦਾ ਕੰਪੈਰੀਜ਼ਨ ਕਰਦੇ ਹਾਂ ਤਾਂ ਦੋਨਾਂ ਦਾ ਕਿੰਨਾ ਕੁ ਫਰਕ ਲੱਗਦਾ? ਸੌਖੀ ਆ ਕਿ ਕੀ? ਮੇਰੇ ਹਿਸਾਬ ਨਾਲ ਦੇਖੋ, ਇੱਥੇ ਦੀ ਸਟੱਡੀ ਇੰਡੀਆ ਨਾਲੋਂ ਤਾਂ ਬਹੁਤ ਜ਼ਿਆਦਾ ਸੌਖੀ ਹੈ। ਉੱਦਾਂ ਦੇਖਿਆ ਜਾਵੇ ਤਾਂ ਸਟੱਡੀ ਬਹੁਤ ਈਜ਼ੀ ਹੈ, ਈਜ਼ੀ ਚੀਜ਼ਾਂ ਕਰਾਉਂਦੇ, ਐਕਸਲ ਜਾਂ ਹੋਰ ਸਿੰਪਲ ਜਿਹੀ ਚੀਜ਼ਾਂ ਕਰਾਉਂਦੇ ਜਿਹੜੀਆਂ ਕਿ ਮੈਂ ਉੱਥੇ ਕਰਕੇ ਆ ਚੁੱਕੀ ਹਾਂ। ਤੇ ਆਪਾਂ ਜਦੋਂ ਟੀਚਰਾਂ ਨਾਲ ਵੀ ਗੱਲ ਕਰਦੇ ਹੋ, ਬਾਅਦ ਚ ਕੋਈ ਸਟੱਡੀ ਤੋਂ ਬਾਅਦ ਕੋਈ ਸਕੋਪ ਦਾ ਕੋਈ ਦੱਸਦੇ ਪਏ ਕਿ ਕਿੰਨਾ ਕੁ? ਹਾਂਜੀ, ਉਹਨਾਂ ਨੇ ਕਿਹਾ ਕਿ ਤੁਹਾਨੂੰ ਜੋਬ ਪਲੇਸਮੈਂਟ ਜ਼ਰੂਰ ਕਰਾਉਣਗੇ, 93% ਰੇਟ ਦੱਸਿਆ ਉਹਨਾਂ ਨੇ ਕਿ ਅਸੀਂ ਕਰਾਉਂਦੇ ਜੋਬ ਦੀ ਪਲੇਸਮੈਂਟ। ਤੇ ਉੱਦਾਂ ਵੀ ਦੱਸ ਰਹੇ ਕਿ ਸਾਡੀ ਬਾਅਦ ਵਿੱਚ 3 ਮਹੀਨੇ ਦੀ ਟ੍ਰੇਨਿੰਗ ਵੀ ਹੈਗੀ ਹੈ, 3 ਵੀਕ ਦੀ ਟ੍ਰੇਨਿੰਗ ਹੈ। ਤੇ ਉੱਦਾਂ ਵੀ ਟੀਚਰ ਬਹੁਤ ਵਧੀਆ ਢੰਗ ਨਾਲ ਸਮਝਾਉਂਦੇ, ਜੇ ਨਹੀਂ ਸਮਝ ਆਉਂਦਾ ਦੁਬਾਰਾ ਪੁੱਛੀਦਾ, ਉਹ ਸਾਰਾ ਸਮਝਾਉਂਦੇ ਤੇ ਸਾਨੂੰ ਉਹ ਫ੍ਰੈਂਚ ਵੀ ਸਿਖਾ ਰਹੇ ਨੇ, ਹਾਲਾਂਕਿ ਸਾਨੂੰ ਫ੍ਰੈਂਚ ਦੀ ਜ਼ਿਆਦਾ ਲੋੜ ਵੀ ਨਹੀਂ, ਪਰ ਫਿਰ ਵੀ ਉਹ ਸਿਖਾ ਰਹੇ ਨੇ ਤਾਂ ਕਿ ਉਹ ਸਾਡੇ ਲਈ ਵਧੀਆ ਰਹੇ ਅੱਗੇ ਦੀ। ਇੱਥੇ ਹੋਰ ਜਦੋਂ ਤੁਸੀਂ ਘੁੰਮਦੇ ਫਿਰਦੇ ਆ, ਜੇ ਕੋਈ ਥੋੜਾ ਬਹੁਤਾ ਜੇ ਕਿਸੇ ਤੁਹਾਨੂੰ ਕਦੀ ਇੱਦਾਂ ਮਹਿਸੂਸ ਹੋਈ ਕਿ ਇੱਥੇ ਫ੍ਰੈਂਚ ਦੀ ਹੀ ਲੋੜ ਹੈ, ਇੰਗਲਿਸ਼ ਤੋਂ ਬਿਨਾਂ ਗੁਜ਼ਾਰਾ ਨਹੀਂ? ਨਹੀਂ, ਮੈਨੂੰ ਤਾਂ ਅਜੇ ਤੱਕ ਮਹਿਸੂਸ ਹੋਈ ਨਹੀਂ। ਹਾਂ, ਇੱਦਾਂ ਹੈ ਕਿ ਸਾਈਨ ਵਗੈਰਾ ਸਾਰਾ ਕੁਝ ਫ੍ਰੈਂਚ ਵਿੱਚ ਹੈ, ਪਰ ਜਿੱਥੇ ਵੀ ਆਪਾਂ ਜਾਈਏ ਤਾਂ ਇੰਗਲਿਸ਼ ਹੀ ਚੱਲਦੀ ਹੈ, ਫ੍ਰੈਂਚ ਚੱਲਦੀ ਹੈ। ਪਰ ਬੱਸ ਵਿੱਚ, ਕਿਤੇ ਸਟੋਰ ਤੇ ਕੋਈ ਵੀ ਚੀਜ਼ ਲੈਣ ਜਾਣਾ, ਸਾਰਾ ਕੁਝ ਇੰਗਲਿਸ਼ ਦੇ ਵਿੱਚ ਹੀ ਚੱਲਦਾ, ਫ੍ਰੈਂਚ ਦੀ ਇੰਨੀ ਜ਼ਿਆਦਾ ਲੋੜ ਵੀ ਨਹੀਂ। ਅਸੀਂ ਇੱਥੇ ਲਸਾਲ ਵਿੱਚ ਰਹਿ ਰਹੇ, ਇੱਥੇ ਤਾਂ ਆਪਣੇ ਪੰਜਾਬੀ ਵੀ ਬਹੁਤ ਨੇ, ਪਰ ਆਪਾਂ ਜਿੱਦਾਂ ਵੀ ਸਟੋਰ ਤੇ ਜਾਈਦਾ, ਗਰੋਸਰੀ ਲੈਣ ਕੁਛ ਵੀ, ਤਾਂ ਇੰਗਲਿਸ਼ ਹੀ ਚੱਲਦੀ ਹੈ ਸਾਰੇ ਪਾਸੇ। ਇੱਕ ਚਲੋ, ਆਪ ਤਾਂ ਤੁਸੀਂ ਆਏ ਨਾਲ ਆਪਣਾ, ਮੈਨੂੰ ਪਤਾ ਸੀਗਾ ਤੇ ਮੈਨੂੰ ਪਤਾ ਸੀ, ਤੇ ਮੈਂ ਵੀ ਐਕਚੁਅਲੀ ਇਹਦੇ ਕਰਕੇ ਲਿਆ ਕਿ ਚਲੋ, ਮੈਂ ਪਹਿਲਾਂ ਸੋਚ ਰਿਹਾ ਸੀ ਕਿ ਹੁਣ ਇੱਕ ਫੀਸ ਭਰਾਤੀ ਆ ਤੇ ਕਿਆ ਲੋੜ ਹੈ ਜਾਣੇ ਦੀ, ਫਿਰ ਮੈਂ ਸੋਚਿਆ ਕਿ ਚਲੋ ਯਾਰ, ਬਾਅਦ ਵਿੱਚ ਵੀ ਇੰਪਲੋਇਰ ਨੂੰ ਪੈਸੇ ਦੇਣੇ ਪੈਣੇ, ਜੋਬ ਲਈ ਕੁਛ ਨਾ ਕੋਈ ਕਰਨਾ ਪੈਣਾ, ਤੇ ਇੱਥੇ ਪ੍ਰੋਸੈਸ ਈਜ਼ੀ ਹੈ, ਤਾਂ ਕਰਕੇ ਮੈਂ ਫਿਰ ਇਹਨੂੰ ਵੀ ਇਹੀ ਡਿਸੀਜਨ ਲਿਆ। ਇੱਥੇ ਕਿਸੇ ਇੰਪਲੋਇਰ ਦੀ ਲੋੜ ਨਹੀਂ ਹੈਗੀ? ਹਾਂਜੀ, ਇੱਥੇ ਕਿਸੇ ਇੰਪਲੋਇਰ ਦੀ ਲੋੜ ਨਹੀਂ। ਹੋਰ ਇੰਨਾ ਕਿ ਪੜ੍ਹਾਈ ਜਿਹੜੀ ਆਪਾਂ ਇਹ ਕਹਿ ਸਕਦੇ ਕਿ ਕੈਨੇਡਾ ਦੀ ਸਭ ਤੋਂ ਸੌਖੀ ਪੜ੍ਹਾਈ, ਸਭ ਤੋਂ ਸੌਖੀ ਕਹਿ ਸਕਦੇ, ਜਿਹੜਾ ਬੰਦਾ ਕਿਸੇ ਪਾਸੇ ਨਹੀਂ ਪਾਸ ਹੋ ਸਕਦਾ? ਹਾਂਜੀ, ਉਹ ਇੱਥੇ ਹੋ ਸਕਦਾ, ਉਹ ਇੱਥੇ ਹੋ ਸਕਦਾ। ਜਿਹੜੇ ਬੰਦੇ ਨੂੰ ਆਪਾਂ ਕਹੀਏ ਕਿ ਕਿਸੇ ਵੀ ਕਾਰਨ ਸਮਝ ਨਹੀਂ ਲੱਗ ਰਹੀ ਇੱਥੇ ਦੀ ਐਜੂਕੇਸ਼ਨ ਸਿਸਟਮ, ਉਹ ਵੋਕੇਸ਼ਨਲ ਟ੍ਰੇਨਿੰਗ ਇੱਕ ਇੱਦਾਂ ਦੀ ਟ੍ਰੇਨਿੰਗ ਆ ਕਿ ਸਭ ਤੋਂ ਈਜ਼ੀ ਪ੍ਰੋਸੈਸ ਆ ਇੱਕ ਕੋਰਸ ਪੂਰਾ ਕਰਨ ਦਾ। ਹਾਂਜੀ, ਠੀਕ। ਤੇ ਆਪਣਾ ਗਗਨ, ਕਿ ਹਾਂਜੀ, ਤੁਹਾਨੂੰ ਕਿੱਦਾਂ ਦਾ ਲੱਗਾ ਇੱਥੇ ਆ ਕੇ? ਵਧੀਆ ਹੈ, ਕਾਫੀ ਚੰਗਾ ਹੈ ਇੱਥੇ ਤੇ। ਪਹਿਲਾਂ ਮਨ ਥੋੜਾ ਜਿਹਾ ਉੱਪਰ ਥੱਲੇ ਹੋਇਆ ਤੇ ਘਰੋਂ ਵੀ ਤਾਂ ਠੀਕ ਆ, ਹੁਣ ਤੇ ਨਾਰਮਲ ਹੈਗਾ, ਹੁਣ ਐਡਜਸਟ ਹੋ ਗਿਆ ਇੱਥੇ। ਗੁਰਦੁਆਰਾ ਸਾਹਿਬ ਵੀ ਨੇੜੇ ਆਪਣੇ, ਹਾਂਜੀ ਹਾਂ, ਤੇ ਕੋਈ ਇੱਥੇ ਕੋਈ ਮਹਿਸੂਸ ਤਾਂ ਨਹੀਂ ਹੁੰਦਾ ਮਨ ਦੇ ਵਿੱਚ ਕਿ ਆਪਾਂ ਆਪਣੀ ਟਾਈਪਿੰਗ ਦੀ ਸਪੀਡ ਇਨਕਰੀਜ਼ ਕਰ ਸਕਦੇ ਆ ਪ੍ਰੈਕਟਿਸ ਕਰ ਕਰਕੇ,
ਤੇ ਹੋਰ ਵੀ ਕਾਫੀ ਸੌਫਟਵੇਅਰ ਹੈਗੇ ਜਿਹੜੇ ਕੋਰਸ ਤੋਂ ਰਿਲੇਟਡ ਹੈਗੇ ਆ। ਅੱਛਾ, ਜਿਹੜੇ ਹੁਣ ਤੁਹਾਨੂੰ ਕੋਰਸ ਤੁਸੀਂ ਕਰਦੇ ਪਏ ਆ ਉਹਦੇ ਨਾਲ ਰਿਲੇਟਡ ਜੋ ਵੀ ਤੁਹਾਨੂੰ ਜ਼ਰੂਰਤ ਹੈ ਉਹ ਸਾਰਾ ਕੁਝ ਉਹਨੇ ਪਾ ਕੇ ਦਿੱਤਾ ਹੋਇਆ ਤੁਹਾਨੂੰ? ਹਾਂਜੀ, ਸਾਰਾ ਕੁਝ ਪਿਆ ਹੋਇਆ ਜੋ ਵੀ ਸਾਨੂੰ ਜ਼ਰੂਰਤ ਹੈ ਸਾਰਾ ਕੁਝ। ਵੈਸੇ ਤਾਂ ਸਾਡੀ ਟੋਟਲੀ ਸਟੱਡੀ ਲੈਪਟਾਪ ਤੇ ਹੀ ਹੁੰਦੀ ਆ ਉੱਥੇ, ਤੇ ਸਾਰਾ ਕੁਝ ਸਾਨੂੰ ਦੱਸਦੇ ਆ ਜੇ ਕਿਸੇ ਵੀ ਚੀਜ਼ ਦੀ ਲੋੜ ਹੈ ਤਾਂ ਸਾਨੂੰ ਸਾਰਾ ਕੁਝ ਪ੍ਰੋਵਾਈਡ ਕਰਦੇ। ਜਿੱਦਾਂ ਕਿ ਮੁੰਡੇ ਦਾ ਇੰਟਰਨੈਟ ਖੜ ਗਿਆ ਸੀਗਾ ਉੱਥੇ ਤੇ ਉਹਨਾਂ ਨੇ ਉਹ ਜਦੇ ਇਹਨੇ ਹੈਲਪ ਲਈ ਕੀਤੀ ਉਹਨਾਂ ਨੇ ਆਪਣੇ ਟੈਕਨੀਸ਼ੀਅਨ ਨੂੰ ਜਦੇ ਮੰਗਾ ਕੇ ਕਾਲ ਕੀਤੀ ਤੇ ਉਹਨਾਂ ਨੇ ਜਦੇ ਇਹਦਾ ਇੰਟਰਨੈਟ ਵੀ ਸਹੀ ਕੀਤਾ ਸਾਰਾ, ਮਤਲਬ ਪੂਰੇ ਟੋਟਲੀ ਹੈਲਪਫੁਲ ਟੀਚਰ ਆ ਸਾਰੇ ਚ ਹੋਏ। ਮੈਨੇਜਮੈਂਟ ਵਧੀਆ? ਕੋਈ ਮੈਨੇਜਮੈਂਟ ਬਿਲਕੁਲ ਵਧੀਆ, ਸਾਰੇ ਟੀਚਰ ਆ ਪੂਰੇ ਕੋਆਪਰੇਟਿਵ ਆ ਤੇ ਸਾਰੇ ਪੂਰੀ ਹੈਲਪ ਕਰਦੇ ਆ। ਹੁਣ ਇੰਨੀ ਗੱਲ ਤਾਂ ਮੰਨਣ ਵਾਲੀ ਕਿ ਲੈਸਟਰ ਬੀ ਦੇ ਵਿੱਚ 32,000 ਜਿਹੜਾ ਨਿਆਣਾ ਹੈਗਾ ਪੜਦਾ ਇਹ ਤਾਂ ਗੱਲ ਮੰਨਦੇ ਨਾ? ਹਾਂਜੀ, ਇਹ ਤਾਂ ਮੰਨਦੇ ਆ। ਪਹਿਲਾਂ ਆਪਾਂ ਨੂੰ ਵੀ ਯਕੀਨ ਨਹੀਂ ਸੀ ਕਿ ਹਾਂ ਵੀ ਇੰਨੀ ਤਕੜੀ ਚੀਜ਼ ਹੈਗੀ, ਕਿਸੇ ਵੀ ਇੰਸਟੀਚਿਊਟ ਦੇ ਕੋਲ ਇਸ ਟਾਈਮ ਤੇ ਇੰਨੇ ਨਿਆਣੇ ਨਹੀਂ ਹੈਗੇ। ਹਾਂਜੀ ਹਾਂਜੀ, ਆਲ ਓਵਰ ਕਰੇ ਤੇ ਇੱਥੇ ਦੇ ਜਿਹੜੇ ਸਿਟੀਜ਼ਨ ਹੈਗੇ ਆ ਜਾਂ ਇੱਥੇ ਦੇ ਪਰਮਨੈਂਟ ਰੈਜ਼ੀਡੈਂਟ ਆ ਉਹ ਨਿਆਣੇ ਇੱਥੇ ਫ੍ਰੀ ਦੇ ਵਿੱਚ ਸਟੱਡੀ ਕਰਦੇ ਆ ਤੇ 32,000 ਨਿਆਣਾ ਕੁਝ ਵੀ ਪੇ ਨਹੀਂ ਕਰਦਾ ਹੈਗਾ, ਫ੍ਰੀ ਦੇ ਵਿੱਚ ਇਹਨਾਂ ਦੇ ਕੋਲ ਪੜ੍ਹਦਾ। 14th ਪ੍ਰੈਜ਼ੀਡੈਂਟ ਹੋਇਆ ਕੈਨੇਡਾ ਦਾ। ਅਸੀਂ ਜਦੋਂ ਬੱਸ ਵਿੱਚ ਜਾਂਦੇ ਹੁੰਦੇ ਅਸੀਂ 3-4 ਕੈਂਪਸ ਤਾਂ ਸਾਡੇ ਰਸਤੇ ਵਿੱਚ ਹੀ ਆਉਂਦੇ, ਅਸੀਂ ਬਹੁਤ ਦੇਖਦੇ ਲੈਸਟਰ ਬੀ ਪੀਅਰਸਨ ਦੇ ਕੈਂਪਸ। ਦੌਰਵਲ ਦੇ ਵਿੱਚ 8 ਕੈਂਪਸ ਆਈ ਥਿੰਕ ਇਹਨਾਂ ਦੇ ਨਾ, ਇੱਥੇ ਸਾਡੇ ਲਸਾਲ ਵਿੱਚ ਵੀ ਹੈਗਾ, ਲਸਾਲ ਵਿੱਚ ਵੀ ਹੈਗਾ ਇਹ, ਕਿੱਥੇ ਹੀ ਹੈਗਾ। ਹਾਂਜੀ, ਉਹ ਵੀ ਲੈਸਟਰ ਬੀ ਪੀਅਰਸਨ ਦਾ ਹੀ ਹੈਗਾ। ਠੀਕ ਹੈ। ਹਾਂਜੀ, ਤੇ ਹੋਰ ਕੋਈ ਟੀਚਰਾਂ ਵੱਲੋਂ ਕੋਈ ਖਾਸ ਕੋਈ ਕਮੀ ਪੇਸ਼ੀ ਹੁੰਦੀ ਹੋਵੇ ਤੁਹਾਨੂੰ? ਨਾ, ਟੀਚਰਾਂ ਦਾ ਕੋਈ ਨਹੀਂ, ਟੀਚਰ ਸਾਰੇ ਚੰਗੇ ਆ। ਪਰ ਜੇ ਆਪਾਂ ਫ੍ਰੈਂਚ ਸਿੱਖਦੇ ਆ ਤਾਂ ਆਪਣੇ ਫਾਇਦੇ ਲਈ ਹੈ, ਪਰ ਓਦਾਂ ਕੋਈ ਲੋੜ ਨਹੀਂ ਹੈ। ਆਪਾਂ ਆਈਲਟਸ ਦਾ ਜ਼ਰੂਰੀ ਹੈ, ਉਹਦੇ ਆਪਣੇ ਨੰਬਰ ਜਿੱਥੇ ਤੁਸੀਂ ਮਰਜ਼ੀ ਕਰ ਲਓ। ਅਮਿਤੋ ਜੀ, ਬਾਕੀ ਇਹ ਹੈ ਕਿ ਕੋਰਸ ਤੁਸੀਂ ਵੀ 2 ਸਮੈਸਟਰ ਦਾ ਇੱਕ 3 ਕਿਸੇ ਪਾਸੇ ਲਾਇਆ? ਹਾਂਜੀ 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 ਹਾਂਜੀ, ਉਹ ਇੰਨਾ ਸੀਗਾ ਕਿ ਵੀ ਮੈਂ ਉੱਧਰ ਛੱਡਤਾ, ਮੈਂ ਕਿਹਾ ਚੱਲ ਪੀ ਆਰ ਦੀ ਟਾਈਮ ਲੱਗ ਜਾਣਾ, ਕੋਰਸ ਕੋਰਸ ਆਪਣੀ ਬਣੀ ਆ, ਇਹ ਤਾਂ ਸਿਰਫ 3 ਵੀਕਸ ਦਾ ਹੈਗਾ। ਤੇ ਮੈਨੂੰ ਬਹੁਤ ਚੰਗਾ ਲੱਗਿਆ ਕਿ ਵੀ ਓਪਰਚੁਨਿਟੀ ਹੈਗੀ ਆ, ਜਸ ਗ੍ਰੈਬ ਇਟ, ਸੋ ਆਈ ਜਸ ਕੇਮ ਹੇਅਰ। ਠੀਕ ਹੈ, ਬਾਕੀ ਆਪਾਂ ਆਪਾਂ ਜੇ ਟੋਰਾਂਟੋ ਨਾਲ ਕੰਪੈਰੀਜ਼ਨ ਕਰੀਏ, ਸ਼ਹਿਰ ਵਧੀਆ ਲੱਗਿਆ, ਕੋਈ ਦਿੱਕਤ ਤਾਂ ਨਹੀਂ ਆਈ ਕਿਸੇ ਗੱਲ ਦੀ? ਨਾ, ਬਹੁਤ ਵਧੀਆ, ਮਤਲਬ ਬਹੁਤ ਵਧੀਆ ਸ਼ਹਿਰ ਆ। ਠੀਕ ਆ, ਮੈਨੂੰ ਸੋ ਚੰਗਾ ਲੱਗਿਆ ਕਿਉਂਕਿ ਪਹਿਲਾਂ ਮੈਂ ਜਿੱਥੇ ਰਹਿੰਦਾ ਸੀ ਓਨਟਾਰੀਓ 'ਚ, ਉੱਥੇ ਨਾ ਗੁਰਕਾ ਸੀਗਾ ਲਾਗੇ, ਕਿਉਂਕਿ ਰੋਜ਼ ਕਾਇੰਡ ਆਫ ਕੰਟਰੀ ਸਾਈਡ, ਸੋ ਕੁਛ ਸੀਗਾ ਨਹੀਂ ਉੱਥੇ ਲਾਗੇ ਬੰਨੇ, ਸੋ ਇੱਧਰ ਬਹੁਤ ਚੰਗਾ ਲੱਗਦਾ ਕਿ ਵੀ ਗੁਰਦੁਆਰਾ ਹੈਗਾ। ਠੀਕ ਆ, ਆਪਦੇ ਹੈਗੇ ਆ, ਠੀਕ ਆ, ਉੱਥੇ ਬਾਲੇ ਗੋਰੇ ਸੀਗੇ ਕਿਉਂਕਿ ਜਿੱਥੇ ਤੁਸੀਂ ਰਹਿੰਦੇ ਵੀ ਪਏ ਘਰ ਦੇ ਵਿੱਚ, ਇਹ ਵੀ ਤੁਹਾਡਾ ਲੈਂਡਲੋਰਡ ਵੀ ਜਿਹੜਾ ਸਦਾ ਆਉਂਦੀ ਆਪਣੇ? ਹਾਂਜੀ, ਆਪਣੇ ਪੰਜਾਬੀਆਂ ਦਾ ਘਰ ਆ ਤੇ ਉਹ ਵੀ ਸਾਡੇ ਬਹੁਤ ਹੈਲਪ ਕਰਦੇ ਨੇ, ਜਿੱਦਾਂ ਕਿ ਉਹ ਸਾਨੂੰ ਹਰੇਕ ਪਾਸੇ ਹੈਲਪ ਕਰਦੇ ਤੇ ਰੈਂਟ ਵੀ। ਰੈਂਟ ਦਾ ਦੱਸਿਓ ਕਿ ਰੈਂਟ ਕੰਪੈਰੀਜ਼ਨ ਟੂ ਟੋਰਾਂਟੋ? ਰੈਂਟ ਤਾਂ ਬਹੁਤ ਜ਼ਿਆਦਾ ਸਸਤਾ ਹੈ, ਜਿੱਦਾਂ ਕਿ 150 ਜਾਂ 200 ਹੀ ਪੈਂਦਾ ਇੱਕ ਪਰਸਨ ਨੂੰ, ਤੇ ਉੱਦਾਂ ਵੀ ਲੈਂਡਲੋਰਡ ਬਹੁਤ ਵਧੀਆ ਨੇ, ਬਹੁਤ ਵਧੀਆ, ਜਿੱਦਾਂ ਕੋਈ ਪ੍ਰੋਬਲਮ ਆਉਂਦੀ ਉਹਨਾਂ ਨੂੰ ਦੱਸ ਦਿਓ, ਜਦੇ ਆਪਣੇ ਠੀਕ ਕਰਵਾ ਦਿੰਦੇ ਨੇ ਸਾਰਾ ਕੁਛ। ਉੱਦਾਂ ਸਾਰਾ ਮਾਹੌਲ ਵੀ ਇਹਦੇ ਬਹੁਤ ਵਧੀਆ, ਤੇ ਆਪਣਾ ਗੁਰਦੁਆਰਾ ਸਾਹਿਬ ਨੇੜੇ ਆ, 150 ਦੇ ਵਿੱਚ ਰਹਿਣ ਦਾ ਹੋ ਗਿਆ ਤੁਹਾਡਾ? ਹਾਂਜੀ, ਤੇ ਆਪਣਾ ਜਿਹੜਾ ਬੱਸ ਪਾਸ ਦਾ ਕਿੱਦਾਂ ਕੀ ਹਿਸਾਬ ਦਾ? ਬੱਸ ਪਾਸ ਦਾ ਕੁਛ ਵੀ ਨਹੀਂ, $45 ਲੱਗਦੇ ਮਹੀਨੇ, ਜਿੱਥੇ ਮਰਜ਼ੀ ਆਓ ਜਾਓ, ਪੂਰੇ ਮੋਂਟਰੀਅਲ ਦਾ ਨਾ, ਪੂਰੇ ਮੋਂਟਰੀਅਲ ਦਾ, ਹਾਂਜੀ, ਜਿੱਥੇ ਮਰਜ਼ੀ ਘੁੰਮੋ ਫਿਰੋ। ਆਪਣਾ ਟੋਰਾਂਟੋ ਨਾਲੋਂ ਤਾਂ ਬਹੁਤ ਜ਼ਿਆਦਾ ਚੀਪ ਹੈ, ਮਤਲਬ ਕਿ ਜੇ ਆਪਾਂ ਲਾ ਕੇ ਚੱਲੀਏ ਤਾਂ 400 ਖਰਚਾ ਆਉਂਦਾ ਮੈਕਸੀਮਮ, 400-450, ਇਸ ਤੋਂ ਜ਼ਿਆਦਾ ਨਹੀਂ ਆਉਂਦਾ। ਠੀਕ ਹੈ, ਤੇ ਉੱਦਾਂ ਮੈਂ ਤਾਂ ਹੋਰ ਸਟੂਡੈਂਟ ਨੂੰ ਵੀ ਕਹਿੰਦਾ ਕਿ ਉਹ ਆਉਣ ਇੱਥੇ ਤੇ ਸਾਨੂੰ ਕੰਟੈਕਟ ਕਰ ਸਕਦੇ ਨੇ, ਅਸੀਂ ਸਾਰਾ ਕੁਝ ਦੱਸ ਸਕਦੇ ਉਹਨਾਂ ਨੂੰ, ਕਿਉਂਕਿ ਅਸੀਂ ਸਟੂਡੈਂਟ ਇੱਥੇ ਪੜ੍ਹ ਰਹੇ ਹਾਂ, ਸਾਡੇ ਤੋਂ ਉਹਨਾਂ ਨੂੰ ਵਧੀਆ ਨੌਲੇਜ ਮਿਲ ਸਕਦੀ ਹੈ। ਜੇ ਕੋਈ ਵੀ ਆਉਣਾ ਚਾਹੁੰਦਾ ਤਾਂ ਉਹ ਸਾਨੂੰ ਕੰਟੈਕਟ ਕਰ ਸਕਦੇ ਨੇ, ਤੇ ਰੋਹਿਤ ਭਾਜੀ ਉਹਨਾਂ ਤੋਂ ਸਾਡਾ ਨੰਬਰ ਲੈ ਸਕਦੇ ਨੇ, ਤੇ ਅਸੀਂ ਹਰੇਕ ਤਰੀਕੇ ਨਾਲ ਉਹਨਾਂ ਦੀ ਹੈਲਪ ਕਰਾਂਗੇ, ਕਿਉਂਕਿ ਅਸੀਂ ਵੀ ਜਿਹੜੇ ਪੁਰਾਣੇ ਸਟੂਡੈਂਟ ਸੀਗੇ ਉਹਨਾਂ ਨੇ ਸਾਡੀ ਹੈਲਪ ਕੀਤੀ, ਤੇ ਅਸੀਂ ਵੀ ਅੱਗੇ ਆਉਣ ਵਾਲੇ ਸਟੂਡੈਂਟ ਦੀ ਸਾਰੀ ਹੈਲਪ ਕਰਾਂਗੇ।